ਹਾਜ਼ਰ ਹਾਂ ਜੀ। ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਚਰਨਾਂ ਵਿੱਚ, ਤੁਹਾਡੇ ਆਪਣੇ PBK ਚੈਨਲ 'ਤੇ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਉਹਨਾਂ ਦਾ ਜਿਨ੍ਹਾਂ ਨੇ ਕਮੈਂਟ ਕਰਕੇ ਸਾਡਾ ਹੌਸਲਾ ਵਧਾਇਆ ਅਤੇ ਮੇਰੀ ਪਿਛਲੀ ਵੀਡੀਓ 'ਚ ਪੁੱਛੇ ਗਏ ਕੁਐਸਚਨ ਦਾ ਆਂਸਰ ਦਿੱਤਾ। ਬਹੁਤ ਧੰਨਵਾਦੀ ਹਾਂ ਜੀ ਉਹਨਾਂ ਦਾ। ਮੈਂ ਆਂਸਰ ਦੇਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਅਪੀਲ ਕਰਨਾ ਚਾਹੁੰਦਾ ਸੀ ਕਿ ਕਈ ਮੈਸੇਜ ਮੈਨੂੰ ਫੇਸਬੁੱਕ 'ਤੇ ਆਏ ਇਸ ਵੀਡੀਓ ਦੇ ਆਂਸਰ ਵਿੱਚ ਅਤੇ ਕਈ ਮੈਸੇਜ ਮੈਨੂੰ ਇੰਸਟਾਗ੍ਰਾਮ 'ਤੇ ਆਏ। ਮੈਂ ਉਹਨਾਂ ਸਾਰਿਆਂ ਧੰਨਵਾਦੀ ਹਾਂ, ਪਰ ਇੱਕ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਕਿ ਜਿਹੜੇ ਮੈਸੇਜ ਤੁਸੀਂ ਫੇਸਬੁੱਕ 'ਤੇ ਜਾਂ ਇੰਸਟਾ 'ਤੇ ਕਰਨੇ ਹੁੰਦੇ ਨੇ ਰਿਲੇਟਿਡ ਕੁਐਸਚਨ ਦੇ ਨਾਲੋਂ, ਜਿਹੜੇ ਕੁਐਸਚਨ ਦਾ ਆਂਸਰ ਤੁਸੀਂ ਦੇਣਾ ਹੁੰਦਾ ਹੈ ਉਹ ਡਾਇਰੈਕਟ ਯੂਟਿਊਬ ਦੀ ਵੀਡੀਓ ਨੀਚੇ ਦਿਆ ਕਰੋ, ਤਾਂ ਜੋ ਹੋਰ ਜਿਹਨੂੰ ਇਸ ਕੁਐਸਚਨ ਦਾ ਆਂਸਰ ਨਹੀਂ ਪਤਾ ਹੋਏਗਾ ਉਹ ਇਹਨੂੰ ਆਂਸਰ ਕਰ ਸਕੇ, ਦੇਖ ਸਕੇ ਵੀ ਕੀ ਆ। ਅਤੇ ਜਿਹੜਾ ਆਂਸਰ ਦਿਓਗੇ ਉਹ ਵੈਰੋ ਜਾਂ ਫਾਲਸੋ ਦਿਆ ਕਰੋ, ਜ਼ਿਆਦਾ ਡੈਫੀਨੇਸ਼ਨ ਦੇਣ ਦੀ ਲੋੜ ਕੋਈ ਨਹੀਂ ਕਿਉਂਕਿ ਉਹ ਡੈਫੀਨੇਸ਼ਨ ਸਿਰਫ ਮੈਂ ਹੀ ਦਾਂਗਾ, ਤੁਹਾਨੂੰ ਪਤਾ ਹੈ ਠੀਕ ਹੈ, ਤੁਸੀਂ ਨਹੀਂ ਦੇਣੀ ਤਾਂ ਕਿ ਕੋਈ ਹੋਰ ਚੋਰੀ ਨਾ ਕਰ ਲਏ ਤੁਹਾਡਾ ਆਈਡੀਆ। ਠੀਕ ਹੈ ਜੀ, ਆਂਸਰ ਆਇਆ ਜੀ ਖਰੇ ਜਾਤਾਂ ਦੇ ਵਿੱਚ ਪਿਸਤਾ ਚਿਕਲਾ ਵੇਲੇ ਨਹੀਂ ਹੁੰਦਾ, ਪਿਸਤਾ ਚਿਕਲਾ ਵੇਲੇ ਹੁੰਦਾ ਹੈ ਉਹ ਸੜਕ 'ਤੇ ਹੁੰਦਾ। ਮੈਂ ਪੁੱਛਿਆ ਸੀ ਕਿ ਜਿਹੜਾ ਕਰੇ ਜਾਤਾਂ ਦੇ ਵਿੱਚ ਪਿਸਤਾ ਚਿਕਲਾ ਵੇਲੇ ਬਣਿਆ ਹੁੰਦਾ ਉਹਨਾਂ 'ਤੇ ਸਾਈਕਲਾਂ ਜਾ ਸਕਦੀਆਂ ਕਿ ਨਹੀਂ। ਐਕਚੁਅਲ ਵਿੱਚ ਪਿਸਤਾ ਚਿਕਲਾ ਵੇਲੇ ਉੱਤੇ ਸਾਈਕਲਾਂ ਜਾ ਸਕਦੀਆਂ, ਪਰ ਜੇ ਪਿਸਤਾ ਚਿਕਲਾ ਵੇਲੇ ਸਤਰਾਦਾ 'ਤੇ ਬਣਿਆ ਤਾਂ ਹੀ ਕਰੇ, ਵੈਸੇ ਵੀ ਸਤਰਾਦਾ 'ਤੇ ਬਣਿਆ ਹੁੰਦਾ, ਪਰ ਕਹਿਣ ਦਾ ਭਾਵ ਹੈ ਕਿ ਵੀ ਮੈਂ ਇੱਕ ਕੁਸ਼ਚਨ ਥੋੜ੍ਹਾ ਜਿਹਾ ਗਲਤ ਕੀਤਾ ਸੀ। ਸੋ ਉਹਦਾ ਆਂਸਰ ਇਹ ਹੀ ਹੈ ਕਿ ਫਾਲਸੋ ਸੀ ਉਹ। ਠੀਕ ਹੈ ਜੀ, ਸੋ ਇਹ ਸੀਗਾ ਜੀ ਅੱਜ ਦਾ ਆਂਸਰ। ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਮੈਂ ਫਿਰ ਤੋਂ ਤੁਹਾਡੇ ਕੋਲ ਇੱਕ ਕੁਸ਼ਚਨ ਪੁੱਛਾਂਗਾ। ਉਮੀਦ ਕਰਦਾ ਹਾਂ ਤੁਹਾਡੀ ਤਿਆਰੀ ਬਿਲਕੁਲ ਸਹੀ ਤਰੀਕੇ ਨਾਲ ਚੱਲਦੀ ਹੋਏਗੀ। ਚੱਲਦੇ ਹਾਂ ਹੁਣ ਅੱਗੇ ਆਪਣੀ ਵੀਡੀਓ ਵੱਲ। ਹਾਂਜੀ ਵਧਦੇ ਹਾਂ ਜੀ 13ਵੇਂ ਪੇਜ ਆ, ਡਿਜ਼ਲਾਈ ਟ੍ਰਾਫਿਕੋ, ਡਿਜ਼ਲਾਈ ਟ੍ਰਾਫਿਕੋ ਸਰ ਵੇ ਆ ਫਾਚਿਲਤਾਰੇ ਲਿੰਕਲਾ ਲਾ ਮੇਨ ਤੋਂ ਦੇਵੀ ਕੁਲੀ ਵੈਰਸੋ ਵੈਰੀ ਦ੍ਰਿਸ਼ਿਓਨੀ। ਲੀਜ਼ੋਲਾ ਹੈ ਕੀ ਚੀਜ਼ ਹੈ, ਲੀਜ਼ੋਲਾ ਦੀ ਟ੍ਰਾਫਿਕੋ ਹੈ ਕੀ ਚੀਜ਼ ਹੈ, ਆਓ ਤੁਹਾਨੂੰ ਦੱਸਦੇ ਹਾਂ। ਹਾਂਜੀ ਲੀਜ਼ੋਲਾ ਇੱਕ ਤਰ੍ਹਾਂ ਦਾ ਨਾ ਆਈਲੈਂਡ ਟਾਈਪ ਹੀ ਹੁੰਦਾ, ਜਿਵੇਂ ਆਪਾਂ ਵੇਖਿਆ ਹੁੰਦਾ ਸਮੁੰਦਰ ਵਿੱਚ ਬਣੇ ਹੁੰਦੇ ਨੇ ਵੱਖਰੇ ਵੱਖਰੇ ਆਈਲੈਂਡ ਬਣੇ ਹੁੰਦੇ ਨੇ, ਉਵੇਂ ਹੀ ਸੇਮ ਜੀ ਹੈ। ਦੇਖੋ ਇੱਥੇ ਰੋਡ ਦੇ ਉੱਤੇ ਜਿਵੇਂ ਬਣਿਆ ਹੋਇਆ ਇਹ ਉੱਭਰਿਆ ਹੋਇਆ ਜਿਹੜਾ ਪਾਰਟ ਹੈ ਇਹਨੂੰ ਕਹਿੰਦੇ ਲੀਜ਼ੋਲਾ ਟ੍ਰਾਫਿਕੋ। ਇਹ ਕਰਦਾ ਜੀ ਸੜਕ ਨੂੰ ਡਿਵਾਈਡ ਕਰਦਾ। ਠੀਕ ਹੈ ਜੀ, ਇਹ ਵੇਖੋ ਇਹ ਚੌਂਕ 'ਤੇ ਤੁਹਾਨੂੰ ਮਿਲ ਜਾਵੇਗਾ, ਇੱਦਾਂ ਇਹ ਚੌਂਕ ਹੈ ਇੱਥੇ ਇੱਦਾਂ ਬਣਿਆ ਹੋਇਆ, ਇਸ ਤਰ੍ਹਾਂ ਦਾ ਨਾ ਡਿਵਾਈਡਰ ਡਿਵਾਈਡ ਟਾਈਪ ਕਰਦਾ ਵੀ ਦੋ ਰੋਡ ਜੇ ਜਾਣ ਦੇ ਉਹਨਾਂ ਦਾ ਆਪਸ ਵਿੱਚ ਕੱਟਦਾ ਵਿਚਕਾਰ ਆ ਹੁੰਦਾ ਲੀਜ਼ੋਲਾ ਦੀ ਟ੍ਰਾਫਿਕੋ। ਜਿਵੇਂ ਕਿ ਹੈ ਇਹ ਉਭਰਿਆ ਹੋਇਆ ਵੀ ਹੋ ਸਕਦਾ ਜਿਵੇਂ ਇੱਥੇ ਆ, ਅਤੇ ਇਹ ਸਤ੍ਰੀਸ਼ਾ ਨਾਲ ਵੀ ਹੋ ਸਕਦਾ। ਠੀਕ ਹੈ ਜੀ, ਜਿਵੇਂ ਇੱਥੇ ਸਤ੍ਰੀਸ਼ੇ ਬਣੇ ਹੋਏ ਨੇ। ਠੀਕ ਹੈ ਜੀ, ਇੱਦਾਂ ਵੀ ਹੋ ਸਕਦਾ ਲੀਜ਼ੋਲਾ ਦੀ ਟ੍ਰਾਫਿਕੋ। ਇੱਥੇ ਦੇਖੋ ਇੱਥੇ ਵੀ ਆ ਬਣਿਆ ਲੀਜ਼ੋਲਾ ਦੀ ਟ੍ਰਾਫਿਕੋ, ਕਿਵੇਂ ਸੈਪਰੇਟ ਕਰਦਾ ਪਿਆ ਅਲੱਗ ਅਲੱਗ ਡਾਇਰੈਕਸ਼ਨ 'ਚ ਗੱਡੀਆਂ ਜਾਣੀਆਂ ਅਤੇ ਸੈਪਰੇਟ ਕਰਦਾ ਪਿਆ। ਠੀਕ ਹੈ ਜੀ, ਇਹਨੂੰ ਕਹਿੰਦੇ ਲੀਜ਼ੋਲਾ ਦੀ ਟ੍ਰਾਫਿਕੋ। ਹੁਣ ਉਹ ਕੀ ਕਹਿੰਦਾ ਭਾਅ ਜੀ, ਲੀਜ਼ੋਲਾ ਦੀ ਟ੍ਰਾਫਿਕੋ ਸਹਿਰ ਵੇ ਚਾਹੀਦਾ, ਪਛਲੇ ਤਾਰੇ ਆਸਾਨੀ ਕਰਨ ਵਾਲੇ ਲਿੰਕ ਨਾਲ ਮੈਂ ਤੋਂ ਦੇਈ ਵੀਕਲੀ ਵੈਰਸੋ ਵਰੀਏ ਦ੍ਰਿਸ਼ਿਓਨੀ, ਦ੍ਰਿਸ਼ਿਓਨੀ ਡਾਇਰੈਕਸ਼ਨ ਵਰੀਏ ਵੱਖ ਵੱਖ ਲਿੰਕ ਨਾਲ ਮੈਨ ਤੋਂ ਜੀ। ਲਿੰਕ ਨਾਲ ਮੈਨ ਤੋਂ ਹੁੰਦਾ ਬਹਾਵ, ਨਹਿਰ ਦਾ ਬਹਾਵ ਜਿਵੇਂ ਹੁੰਦਾ ਉਵੇਂ ਗੱਡੀਆਂ ਦਾ ਬਹਾਵ ਹੁੰਦਾ, ਇਹਨੂੰ ਆਪਾਂ ਕਹਾਂਗੇ ਲਿੰਕ ਨਾਲ ਮੈਨ ਤੋਂ ਦੇਈ ਵੀਕਲੀ ਵੈਰਸੋ ਵਰੀਏ ਦ੍ਰਿਸ਼ਿਓਨੀ, ਵੱਖ ਵੱਖ ਡਾਇਰੈਕਸ਼ਨ 'ਚ ਜਾਣ 'ਚ ਆਸਾਨੀ ਕਰਨ ਲਈ ਲਿਜ਼ਲ ਟ੍ਰਾਫਿਕੋ ਯੂਜ਼ ਹੁੰਦਾ, ਮਤਲਬ ਰਸਤੇ 'ਚ ਮਿਲਦਾ ਆਪਾਂ। ਠੀਕ ਹੈ ਜੀ, ਲੀਜ਼ੋਲਾ ਦੀ ਟ੍ਰਾਫਿਕੋ ਹੈ ਦਿਲਿਮਿਤਾ ਤਾਂ ਦਸਤਰੀ ਸ਼ੇ ਬਿਆਨ ਕੇ ਕੰਟੀਨਿਊ। ਕਹਿੰਦਾ ਬਈ ਲੀਜ਼ੋਲਾ ਦੀ ਟ੍ਰਾਫਿਕੋ ਦਿਲਿਮਿਤਾ ਤਾਂ ਜਿਹੜਾ ਹੁੰਦਾ ਆਪਾਂ ਨੂੰ ਪਤਾ ਹੀ ਹੈ ਕੰਟਰੋਲ ਕੀਤਾ ਗਿਆ, ਸਤਰੀ ਸ਼ੇ ਹੁੰਦੇ ਨੇ ਲਾਈਨਾਂ ਬਿਆਨ ਕੇ ਚਿੱਟੇ ਕੰਟੀਨਿਊ ਹੈ ਕੰਟੀਨਿਊ। ਉਹ ਕਹਿੰਦਾ ਗਿਆ ਜੀ ਲੀਜ਼ੋਲਾ ਦੀ ਟ੍ਰਾਫਿਕੋ ਕੰਟਰੋਲ ਕੀਤਾ ਗਿਆ ਹੁੰਦਾ ਹੈ ਚਿੱਟੇ ਸਤਰੀਸ਼ਿਆਂ ਤੋਂ ਜਿਹੜੇ ਕੰਟੀਨਿਊ ਹੁੰਦੇ ਨੇ। ਠੀਕ ਹੈ ਜੀ, ਇਹ ਦੇਖੋ ਫੋਟੋ ਦੇਖ ਸਕਦੇ ਹੋ ਤੁਸੀਂ, ਇਹ ਦੇਖੋ ਜੀ ਫੋਟੋ ਦੇਖੋ ਤੁਸੀਂ, ਇੱਥੇ ਕਿਵੇਂ ਚਿੱਟੀ ਲਾਈਨਾਂ ਲੱਗੀਆਂ ਹਨ ਜੀ, ਇਹ ਚਿੱਟੀਆਂ ਲਾਈਨਾਂ ਕੰਟੀਨਿਊ ਨੇ, ਇਹਨਾਂ ਨਾਲ ਕੰਟਰੋਲ ਕੀਤਾ ਜਾਂਦਾ ਲੀਜ਼ੋਲਾ ਦੀ ਟ੍ਰਾਫਿਕੋ। ਹੁਣ ਇੱਧਰ ਪਾਸੇ ਦੇਖੋ ਚਿੱਟੀਆਂ ਲਾਈਨਾਂ ਲੱਗੀਆਂ ਨੇ, ਕੰਟਰੋਲ ਕੀਤਾ ਗਿਆ ਚਿੱਟੀਆਂ ਲਾਈਨਾਂ ਨਾਲ। ਠੀਕ ਹੈ ਜੀ, ਧਿਆਨ ਰੱਖਣਾ ਲੀਜ਼ੋਲਾ ਦੀ ਟ੍ਰਾਫਿਕੋ ਪੋ ਐਸਰੇ ਆਰਾਜ਼ੋ, ਲੀਜ਼ੋਲਾ ਦੀ ਟ੍ਰਾਫਿਕੋ ਪੋ ਐਸਰੇ ਆਰਾਜ਼ੋ ਉਹ ਇਨ ਰਿਲੇਵੋ, ਰਿਲੇਵੋ ਹੁੰਦਾ ਜੀ ਉੱਠਿਆ ਹੋਇਆ, ਰਾਸੋ ਗਰਾਊਂਡ ਲੈਵਲ, ਪੋ ਐਸਰੇ ਹੋ ਸਕਦਾ। ਉਹ ਕਹਿੰਦੇ ਜੀ ਲੀਜ਼ੋਲਾ ਦੀ ਟ੍ਰਾਫਿਕੋ ਹੋ ਸਕਦਾ ਹੈ ਗਰਾਊਂਡ ਲੈਵਲ 'ਤੇ ਅਤੇ ਜਾਂ ਉੱਠਿਆ ਹੋਇਆ। ਠੀਕ ਹੈ ਜੀ, ਦੇਖ ਲਓ ਫੋਟੋ 'ਤੇ, ਇਹ ਦੇਖੋ ਜੀ ਹੁਣ ਇਹ ਉੱਠਿਆ ਹੋਇਆ ਆ ਸਾਰਾ ਰੀਅਲ ਸਾਥ ਹੋਇਆ ਅਤੇ ਇਹ ਹਰਾਸ ਹੋਏ ਗਰਾਊਂਡ ਲੈਵਲ 'ਤੇ ਆ। ਠੀਕ ਹੈ ਜੀ, ਅਗਲਾ ਜੀ ਲੀਜ਼ੋਲਾ ਦੀ ਟ੍ਰਾਫਿਕੋ ਵੀ ਨੇ ਵੀ ਦੇਨ ਸਿਆਤਾ ਮਿਦਿਆਨ ਅਤੇ ਜ਼ੇਬਰਾ ਤੂਰੇ ਦੀ ਕਲੋਰੇ ਬਿਆਂਕੋ। ਉਹ ਕਹਿੰਦਾ ਜੀ ਵੀ ਨੇ ਵੀ ਦੇਨ ਸਿਆਤਾ ਮਤਲਬ ਕਿ ਦਿਖਾਇਆ ਜਾਂਦਾ ਦੇਖਿਆ ਜਾਂਦਾ, ਮਿਦਿਆਨ ਅਤੇ ਕਹਿ ਮੈਥਡ। ਠੀਕ ਹੈ ਜੀ, ਜ਼ੇਬਰਾ ਤੂਰੇ ਦੀ ਕਲੋਰੇ ਬਿਆਂਕੋ, ਕਲੋਰੇ ਬਿਆਂਕੋ ਤੁਹਾਨੂੰ ਪਤਾ ਹੀ ਆ ਜ਼ੈਬਰਾ ਤੂਰੇ, ਜਿਵੇਂ ਜ਼ੈਬਰਾ ਦੇ ਉੱਤੇ ਨਹੀਂ ਬਣਿਆ ਨਿਸ਼ਾਨ ਚਿੱਟੇ ਦੇ ਕਾਲੇ, ਸੇਮ ਹੁੰਦਾ। ਫੋਟੋ ਵੀ ਦੇਖੋ ਇੱਕ ਵਾਰ, ਇਹ ਦੇਖੋ ਜੀ ਚਿੱਟੇ ਸਤਰੀਸ਼ੇ ਕਾਲੇ ਚਿੱਟੇ ਕਾਲੇ, ਹਾਲਾਂਕਿ ਇਹ ਕਾਲਾ ਨਹੀਂ ਹੈਗਾ ਪਰ ਫਿਰ ਵੀ ਆਪਾਂ ਨੂੰ ਜ਼ੈਬਰਾ ਤੂਰੇ ਹੀ ਕਹਾਂਗੇ ਕਿਉਂਕਿ ਜ਼ੈਬਰਾ ਦੇ ਵਾਂਗੂ ਹੀ ਬਣੇ ਹੁੰਦੇ ਨੇ। ਠੀਕ ਹੈ ਜੀ, ਕਲੋਰੇ ਬਿਆਂਕੋ ਇਹ ਹੋ ਗਿਆ ਜੀ, ਜ਼ੈਬਰਾ ਤੂਰੇ ਦੀ ਕਲੋਰੇ ਬਿਆਂਕੋ, ਮਤਲਬ ਕਿ ਕਹਿਣ ਦਾ ਭਾਵ ਹੈ
ਕਿ ਜਿਹੜਾ ਇਜ਼ੋਲਾ ਦੀ ਟ੍ਰੈਫਿਕ ਹੋਏ ਉਹ ਆਮ ਤੌਰ 'ਤੇ ਦੇਖਿਆ ਜਾਏਗਾ ਜ਼ੈਬਰਾ ਤੂਰੇ ਦੇ ਕਲੋਰੇ ਬਿਆਂਕੋ ਦੇ ਮੈਥਡ ਨਾਲ, ਠੀਕ ਹੈ ਜੀ, ਧਿਆਨ ਰੱਖਿਓ। ਇਜ਼ੋਲਾ ਦੀ ਟ੍ਰੈਫਿਕ ਉਹ ਹੈ ਉਹਨਾਂ ਪਾਰਤੇ ਦੇ ਲਸਤਰਾ ਦਾ ਸੁਲਾ ਕੁਆਲੇ ਐਵੀਅਤਾ ਤੋਂ ਇਲ ਟ੍ਰਾਂਜ਼ਿਟੋ ਦੇ ਮੋਟੋਸਿਕਲੀ, ਕਹਿੰਦੇ ਵੀ ਜੀ ਮੋਟਰਸਾਈਕਲਾਂ ਦੀ ਆਵਾਜਾਈ ਬੰਦ ਹੈ। ਇਜ਼ੋਲਾ ਦੀ ਟ੍ਰੈਫਿਕ ਹੋਇਆ ਉਹ ਪਾਰਤੇ ਇੱਕ ਪਾਰਟ ਹੈ ਸੜਕ ਦਾ ਜਿੱਥੇ ਕਿ ਮਨ੍ਹਾ ਹੈ ਟ੍ਰਾਂਜ਼ਿਟੋ ਕਰਨਾ ਮੋਟਰਸਾਈਕਲਾਂ ਦਾ, ਠੀਕ ਹੈ ਜੀ, ਆਵਾਜਾਈ ਕਰਨੀ ਮੋਟਰਸਾਈਕਲਾਂ ਦੀ। ਇਜ਼ੋਲਾ ਦੀ ਟ੍ਰੈਫਿਕ ਉਹ ਅਰਾਜ਼ੋ ਹੈ ਕੋਸਟੀਟੂਈਤਾ ਦਾ ਜ਼ੈਬਰਾਤੂਰੇ ਦੀ ਕਲੋਰੇ ਬਿਆਂਕੋ, ਕੋਸਟੀਟੂਈਤਾ ਦਾ ਜੀ ਬਣਾਇਆ ਹੋਇਆ ਜ਼ੈਬਰਾਤੂਰੇ ਤੁਹਾਨੂੰ ਦੱਸਦਾ ਹੈ ਕਲੋਰੇ ਬਿਆਂਕੋ। ਉਹ ਕਹਿੰਦਾ ਜੀ ਲਿਜ਼ੋਲਾ ਦੀ ਟ੍ਰੈਫਿਕ ਉਹ ਅਰਾਜ਼ੋ ਗਰਾਊਂਡ ਲੈਵਲ 'ਤੇ ਜਿਹੜਾ ਹੋਵੇ ਉਹਨੂੰ ਬਣਾਇਆ ਜਾਂਦਾ ਹੈ ਚਿੱਟੀ ਲਾਈਨਾਂ ਨਾਲ, ਠੀਕ ਹੈ ਜੀ, ਪਤਾ ਹੀ ਤੁਹਾਨੂੰ ਜਿਹੜੀ ਗਰਾਊਂਡ ਲੈਵਲ ਦੇ ਚਿੱਟੀ ਲਾਈਨਾਂ ਵੱਜੀਆਂ ਹੁੰਦੀਆਂ ਨੇ। ਫਿਰ ਵੀ ਇੱਕ ਵਾਰ ਤੁਹਾਨੂੰ ਦਿਖਾ ਦੇਣਾ, ਇਹ ਗਰਾਊਂਡ ਲੈਵਲ 'ਤੇ ਅਤੇ ਚਿੱਟੀ ਲਾਈਨਾਂ ਵੱਜੀਆਂ ਹੋਈਆਂ ਨੇ, ਠੀਕ ਹੈ ਜੀ, ਇਹ ਉੱਠਿਆ ਹੋਇਆ ਇਹਦੇ ਚਿੱਟੀ ਲਾਈਨਾਂ ਵੱਜੀਆਂ ਨੇ ਪਰ ਇਹ ਪੂਰੀਆਂ ਨਹੀਂ ਹੈਗੀਆਂ, ਠੀਕ ਹੈ ਜੀ। ਲੀਜ਼ੋਲਾ ਦੀ ਟ੍ਰੈਫਿਕ ਉਹ ਸੇ ਸੇ ਰੀਅਲ ਸਾਤਾ ਏ ਪ੍ਰੇਚੇ ਦੂਤਾ ਦਾ ਜ਼ੈਬਰਾਤੂਰੇ ਦੀ ਕਲੋਰੇ ਬਿਆਂਕੋ, ਉਹ ਕਹਿੰਦਾ ਹੈ ਜੀ ਲੀਜ਼ੋਲਾ ਦੀ ਟ੍ਰੈਫਿਕ ਉਹ ਸੇ ਜੇ ਰੀਅਲ ਸਾਤਾ ਉੱਠਿਆ ਹੋਇਆ, ਜੇ ਉੱਠਿਆ ਹੋਇਆ ਹੈ ਤਾਂ ਉਹਦੇ ਅੱਗੇ ਚਿੱਟੀਆਂ ਲਾਈਨਾਂ ਲੱਗੀਆਂ ਹੋਣਗੀਆਂ, ਠੀਕ ਹੈ ਜੀ। ਜ਼ੈਬਰਾਤੂਰੇ ਦੀ ਕਲੋਰੇ ਬਿਆਂਕੋ ਪ੍ਰੇਚੇ ਦੂਤਾ ਮਤਲਬ ਦੇ ਅੱਗੇ, ਠੀਕ ਹੈ ਜੀ, ਉਹਦੇ ਅੱਗੇ ਚਿੱਟੀਆਂ ਲਾਈਨਾਂ ਜ਼ਰੂਰ ਹੋਣਗੀਆਂ, ਧਿਆਨ ਰੱਖਿਓ ਜੀ। ਲੀਜ਼ੋਲਾ ਦੀ ਟ੍ਰੈਫਿਕ ਹੋਇਆ ਉਹ ਭਾਰਤੀ ਦਾ ਲਸਤਰਾ ਦਾ ਸੁਲੇ ਕੁਆਲੇ ਐਵੀਅਤਾ ਤੋਂ ਦੀ ਟ੍ਰਾਂਜ਼ਿਟੋ ਦੀ ਵੀਕੋਲੀ, ਠੀਕ ਹੈ ਜੀ। ਉੱਤੇ ਮੋਟਰਸਾਈਕਲ ਦੀ ਗੱਲ ਕੀਤੀ ਗਈ, ਨੀਚੇ ਵੀ ਗੱਡੀਆਂ ਦੀ ਗੱਲ ਕੀਤੀ, ਕੁਸ਼ਚਨ ਸੇਮ ਹੈ, ਠੀਕ ਹੈ ਜੀ, ਅਤੇ ਦੋਨੋਂ ਪਾਸੇ ਫੇਰ ਹੋਈ ਆ, ਨਹੀਂ ਉੱਥੇ ਕੋਈ ਨਹੀਂ ਜਾ ਸਕਦਾ। ਲੀਜ਼ੋਲਾ ਦੀ ਟ੍ਰੈਫਿਕ ਉਹ ਸਰਵੇ ਆਸੇ ਪਰਾਲੇ ਇਲਾਕੇ ਨੇ ਜਾਤਾ ਦਿਲਾ ਬੰਕੀ ਨਾ, ਬਸ ਸ਼ੁਰੂ ਹੋ ਗਿਆ ਜੀ। ਕਹਿੰਦਾ ਹੈ ਵੀ ਸਿਪਰਾਰੇ ਮਨਾ ਕਰਨਾ ਕਰੇ ਜਾਤਾ ਨੂੰ ਬੰਕੀ ਨਾ, ਜਿਸ ਕਿ ਐਸਾ ਕੁਛ ਨਹੀਂ ਹੈਗਾ, ਉਹ ਦੋ ਡਾਇਰੈਕਸ਼ਨ ਨੂੰ ਅਲੱਗ ਕਰਦਾ, ਦੋ ਡਾਇਰੈਕਸ਼ਨ ਗੱਡੀਆਂ ਨੂੰ ਅਲੱਗ ਕਰਦਾ, ਠੀਕ ਹੈ ਜੀ। ਲੀਜ਼ੋਲਾ ਦੀ ਟ੍ਰੈਫਿਕ ਉਹ ਸਰਵੇ ਪਹਿਲੇ ਟ੍ਰਾਂਜ਼ਿਟੋ ਦੇਈ ਪੇਦੋਨੀ, ਉਹ ਕਹਿੰਦਾ ਪੈਦਲ ਜਾਣ ਵਾਲਿਆਂ ਬਦਲੇ ਪੈਦਲ ਜਾਣ ਵਾਲਿਆਂ ਬਣਾਇਆ ਜਾਂਦਾ, ਜਿਸ ਕਿ ਐਸਾ ਕੁਛ ਨਹੀਂ ਹੈਗਾ, ਉਹ ਕੋਈ ਨਹੀਂ ਚੱਲ ਸਕਦਾ। ਲੀਜ਼ੋਲਾ ਦੀ ਟ੍ਰੈਫਿਕ ਉਹ ਐ ਉਹਨਾਂ ਪਿਆਸੋਲਾ ਦੀ ਸੋਸਤਾ ਪੇਰੀਵੀ ਕੋਲੀ, ਇੱਦਾਂ ਵੀ ਨਹੀਂ ਹੈਗਾ ਜੀ ਉਹ ਪਿਆਸੋਲਾ ਦੀ ਸੋਸਤਾ ਨਹੀਂ ਹੈਗਾ, ਤੁਹਾਨੂੰ ਦੱਸਿਆ ਹੀ ਸੀ ਪਿਛਲੀ ਵੀਡੀਓ 'ਚ ਪਿਆਸੋਲਾ ਦੀ ਸੋਸਤਾ ਕੀ ਹੁੰਦਾ। ਲੀਜ਼ੋਲਾ ਦੀ ਟ੍ਰੈਫਿਕ ਉਹ ਪੋ ਐਸਰੇ ਪਰਕੋਰਸਾ ਸੋਲੋ ਦਾ ਤਾਕਸੀ ਇਹਦੇ ਲਈ ਆਟੋਬੂਸ ਰਵਾਨੀ, ਉਹ ਕਹਿੰਦਾ ਜੀ ਪਰਕੋਰਸਾ ਦਾ ਸਫ਼ਰ ਕਰਨਾ ਸਿਰਫ ਟੈਕਸੀ ਜਾਂ ਆਟੋਬੂਸ ਉਰਬਾਨੀ, ਉਰਬਾਨੀ ਹੁੰਦਾ ਪਿੰਡ ਵਾਲੀ ਬੱਸਾਂ, ਉਹ ਕਹਿੰਦਾ ਜੀ ਸਿਰਫ ਪਿੰਡ ਵਾਲੀ ਬੱਸਾਂ ਜਾਂ ਟੈਕਸੀਆਂ ਹੀ ਇਹਦੇ 'ਤੇ ਸਫ਼ਰ ਕਰ ਸਕਦੀਆਂ ਨੇ, ਜਦਕਿ ਐਸਾ ਕੁਛ ਨਹੀਂ ਹੈਗਾ, ਕੋਈ ਸਫ਼ਰ ਨਹੀਂ ਕਰ ਸਕਦਾ। ਲੀਜ਼ੋਲਾ ਦੀ ਟ੍ਰੈਫਿਕ ਉਹ ਐਲਾ ਭਾਰਤ ਦੇ ਦਲਾ ਚੀਤਾ ਕੋਨ ਮਜੋਰ ਟ੍ਰੈਫਿਕ, ਉਹ ਕਹਿੰਦਾ ਵੀ ਜੀ ਲੀਜ਼ੋਲਾ ਦੀ ਟ੍ਰੈਫਿਕ ਉਹ ਸ਼ਹਿਰ ਦਾ ਹਿੱਸਾ ਹੈ, ਭਾਰਤ ਦਲਾ ਚੀਤਾ ਸ਼ਹਿਰ ਦਾ ਹਿੱਸਾ ਹੈ, ਕੋਨ ਮਜੋਰ ਟ੍ਰੈਫਿਕ ਉਹ ਵੀ ਜ਼ਿਆਦਾ ਟ੍ਰੈਫਿਕ ਦਾ ਹਿੱਸਾ ਹੈ ਉਹ, ਠੀਕ ਹੈ ਜੀ, ਸਿਟੀ ਵਿੱਚ ਜ਼ਿਆਦਾ ਟ੍ਰੈਫਿਕ ਦਾ ਵੀ ਹਿੱਸਾ ਹੈ, ਜਦਕਿ ਐਸਾ ਕੁਛ ਨਹੀਂ ਹੈਗਾ। ਲੀਜ਼ੋਲਾ ਦੀ ਟ੍ਰੈਫਿਕ ਉਹ ਕੋਰਿਸਪੋਂਡ ਇਨ ਜੈਨਰੇ ਅਲ ਚੈਂਟਰੋ ਸਟੋਰੀਕੋ ਦਲਾ ਚੀਤਾ, ਕੋਰਿਸਪੋਂਡ ਉਹਨਾਂ ਦੀ ਸੰਬੰਧਿਤ, ਠੀਕ ਹੈ ਜੀ, ਇਨ ਜੈਨਰੇ ਜਨਰਲੀ ਅਲ ਚੈਂਟਰੋ ਸਟੋਰੀਕੋ ਦਲਾ ਚੀਤਾ, ਉਹ ਕਹਿੰਦਾ ਜੀ ਲੀਜ਼ੋਲਾ ਦੀ ਟ੍ਰੈਫਿਕ ਉਹ ਸ਼ਹਿਰ ਦੇ ਪੁਰਾਣੇ ਇਤਿਹਾਸ ਨਾਲ ਸੰਬੰਧਿਤ ਹੈ। ਲੀਜ਼ੋਲਾ ਦੀ ਟ੍ਰੈਫਿਕ ਉਹਨਾਂ ਪਿਆਸਾ ਪਰ ਫਿਤੁਆਰੇ ਇਨਵਰਸੀਓਨੇ ਦਲਾ ਮਾਰਚਾ, ਇਨਵਰਸੀਓਨੇ ਦਲਾ ਮਾਰਚਾ ਇਹ ਲਿਖ ਲਓ ਜੀ, ਇਹਦਾ ਮਤਲਬ ਹੁੰਦਾ ਯੂ ਟਰਨ, ਠੀਕ ਹੈ ਜੀ, ਫਿਤੁਆਰੇ ਕਰਨਾ, ਯੂ ਟਰਨ ਕਰਨ ਬਦਲੇ ਕਹਿੰਦਾ ਜੀ ਇੱਕ ਪਿਆਸੋਲਾ ਜਿੱਥੋਂ ਆਪਾਂ ਯੂ ਟਰਨ ਕਰ ਸਕਦੇ ਹਾਂ, ਪਰ ਅਸਲ ਨਹੀਂ ਹੈਗਾ। ਲੀਜ਼ੋਲਾ ਦੀ ਟ੍ਰੈਫਿਕ ਹੋਇਆ ਪੋਸਟ ਤੋਂ ਅਲ ਦੀ ਫੋਰੀ ਦਲਾ ਸਤਰਾ ਦਾ, ਉਹ ਕਹਿੰਦਾ ਵੀ ਸੜਕ ਦੇ ਬਾਹਰਲੇ ਪਾਸੇ ਹੁੰਦਾ ਹੈ ਲੀਜ਼ੋਲਾ ਦੀ ਟ੍ਰੈਫਿਕ ਉਹ ਪੋਸਟਾ ਅਲ ਦੀ ਫੋਰੀ ਫੋਰੀ ਬਾਹਰ ਦਲਾ ਸਤਰਾ ਦਾ, ਠੀਕ ਹੈ। ਲੀਜ਼ੋਲਾ ਦੀ ਟ੍ਰੈਫਿਕ ਉਹ ਸਰਵੇ ਪੈਰਲਾ ਫਿਰ ਮਾਤਾ ਦੇਈ ਵੀ ਕੋਲੀ, ਫਿਰ ਮਾਤਾ ਹੁੰਦਾ ਜੀ ਰੁਕਣਾ ਸਰਵੇ ਚਾਹੀਦਾ, ਕਹਿੰਦਾ ਜੀ ਗੱਡੀਆਂ ਦੇ ਖੜਨ ਬਦਲੇ ਯੂਜ਼ ਹੁੰਦਾ ਹੈ, ਇੱਦਾਂ ਵੀ ਨਹੀਂ ਹੈਗਾ। ਲੀਜ਼ੋਲਾ ਦੀ ਟ੍ਰੈਫਿਕ ਉਹ ਪਚਲੀਤਾ ਦਾ ਸਲੀਤਾ ਏ ਲਾ ਦਿਸ਼ੇਜ਼ਾ ਦੀ ਪਾਸੇਜਰੀ ਦਾ ਤਰਾਮ ਫਿਲੋਬੁਸ ਏ ਆਟੋਬੁਸ, ਠੀਕ ਹੈ ਜੀ, ਇਹ ਤੁਹਾਨੂੰ ਦਿਖਾ ਦੇਣਾ ਇੱਕ ਵਾਰ ਕੀ ਹੁੰਦਾ ਇਹ। ਇਹ ਗੱਲ ਕਰਦਾ ਪਿਆ ਜੀ ਦੀ, ਉਹ ਗੱਲ ਕਰਦਾ ਪਿਆ ਸਾਲਵਾ ਜੈਨਤੀ ਦੀ, ਠੀਕ ਹੈ, ਇਹਦੀ ਗੱਲ ਕਰਦਾ ਪਿਆ। ਇਹ ਲੀਜ਼ੋਲਾ ਦੀ ਟ੍ਰੈਫਿਕ ਉਹ ਨਹੀਂ ਹੈਗਾ, ਠੀਕ ਹੈ ਜੀ, ਇਹ ਤਰਾਮ ਤੋਂ ਜਾਂ ਫਿਲੋਬਸ ਜਿਹੜੀ ਹੁੰਦੀ ਹੈ ਉਹਨਾਂ ਤੋਂ ਉਤਰਨ ਬਦਲੇ ਬੰਦਿਆਂ ਨੂੰ ਉਤਰਨ ਜਾਂ ਚੜ੍ਹਨ ਬਦਲੇ ਕੰਮ ਆਉਣ ਵਾਲੀ ਚੀਜ਼ ਹੁੰਦੀ ਹੈ, ਇਹਨੂੰ ਕਹਿੰਦੇ ਸਾਲਵਾ ਜੈਨਤੀ, ਠੀਕ ਹੈ ਜੀ। ਅਤੇ ਇਹ ਆ ਲੀਜ਼ੋਲਾ ਦੀ ਟ੍ਰੈਫਿਕ ਉਹ ਫਚਲੀਤਾ ਦਸ ਲੀਤਾ ਚੜ੍ਹਨਾ ਦਿਸ਼ੇਜ਼ਾ ਉਤਰਨਾ ਪੈਸੇਜਰੀ ਪੈਸੇਂਜਰ ਤਰਾਮ ਅਤੇ ਫਿਲੋ ਬੱਸ ਆਉਂਦੀ ਤਾਰ ਵਾਲੀ ਬੱਸ ਅਤੇ ਇਹ ਆਟੋ ਬੱਸ ਜਿਹੜੀ ਆਟੋਮੈਟਿਕ ਚੱਲਦੀ, ਠੀਕ ਹੈ ਜੀ। ਕਹਿੰਦਾ ਚੜ੍ਹਨ ਉਤਰਨ ਬਦਲੇ ਆਸਾਨੀ ਕਰਦਾ, ਇੱਦਾਂ ਵੀ ਨਹੀਂ ਹੈਗਾ।
L'isola di traffico è una zona destinata al parcheggio dei veicoli, ok? Le gradine di parking lei branca, non è l'isola di traffico, vediamo. L'isola di traffico è un'area pedonale urbana, ok? Le carriere di pedaggio sono scelte, vediamo. L'isola di traffico è una parte della strada sulla quale è consentito il transito dei ciclomotori. Ok, l'isola di traffico è pensare salagda. Niente te, esasate, transito di ciclomotori. Dovrebbe avere motorina di giandi esasate. In short, io che non avrebbe motorina di giandi esasate te, per dammi niente. Ok, vedi, ciò da non avrebbe l'attraversamento pedonale. Entrano per i video di Kaya, visi l'attraversamento pedonale con tacchi. L'attraversamento pedonale viene segnalato con le strisce bianche parallele. Ok, per la rinvenire. Strisce bianche, segnalato signal gitaga, pedonale, ok? Tanferto e guarda cadena, vi fonda chi è, mi ha detto, il traversamento pedonale, exalto tu c'è il ruolo di giorda, vedi là, anche traversamento pedonale, e attraversamento ciclabile, ok? L'attraversamento pedonale è un parte della carreggiata sulla quale è vietata la fermata dei veicoli. Ok, nell'attraversamento pedonale di là, o che sai, careggiata da, tigli altro che, sulla quale gite te, manai, vietata mana, fermata a rucuna, gridiana che na, gridiana rucuna te manai. L'attraversamento pedonale è un parte della careggiata in cui i veicoli devono dare la precedenza ai pedoni che attraversano sulle apposite strisce. Ok, da pedi te precedenza di una pena, gridiana, gli bande pedalante tra le sambre, tigli, i veicoli devono dare della pena precedenza per deni peni ai pedoni per deni peni e pedalano gire che attraversano gire exerto due sere di giande bene ok special strisce apposite strisce ok gire strisce vedono bene attraversamento pedonale onnate gire giande non per deni ok l'attraversamento pedonale è una parte della greggiata destinata al transito dei pedoni che attraversano. Ok, andiamo l'attraversamento pedonale della stessa carreggiata destinata a Braga per pedaggiare valevole legge le sale crossing car bene, ok? L'attraversamento pedonale è un parte della carreggiata sulla quale è vietata la sosta dei veicoli. Ok, andiamo a vedere i carri L'attraversamento pedonale è un parte della strada separata dalla carreggiata mediante una striscia gialla. Ok, di esualte dai brani tenane. Andate che hanno pavi. Vige l'attraversamento pedonale. Ek parte sargda. Separata lag. Careggiata to. Mediante mettere una striscia gialla. Ok, andate striscia on the line. Gialla on the pila. Andate pili land na. Careggiata to lag che tagge. ठीक है जी, मतलब कि स्त्री से ज्यादा कुछ भी है नहीं बेच, मतलब वो सारी चिट्ठी लेना होती है ना, सो वह दया में अपने वालों बना लिखा गया इसका क्या फॉल्स है। L'attraversamento pedonale è un parte della carreggiata vietata al transito dei veicoli. O che andate gaddiyan chalande the manai hai. Jitke aisa kuch nahi hai gaddiyan de utthu jandiyan rehndiyan ne. Jidon apan zebra crossing ke jande to gaddiyan jandiyan hi jandiyan ne. Bas eh ki unhan nu pehal deni hundi jehda banda aa gaan de unhan nu pehal deni. L'attraversamento pedonale non fa parte della carreggiata, o che careggiata da hissa nahi hai ga. Yaad rakhiyo gal nu dhyan na, attraversamento pedonale è careggiata da hissa hai ga hai. Theek hai ji, è careggiata da hissa hai, par jehda pedonali badle raha hai na, o careggiata da hissa nahi, o strada da hissa hai. Theek hai ji, l'attraversamento pedonale è posto al di fuori della carreggiata ed è destinato al transito dei pedoni. O che attraversamento pedonale è che jagah hai, jehdi sadak careggiata de bahar nahi hundi, careggiata de bahar li side पैदल जान बदले बदले जरा राब बनाया होंगे वो है पर ऐ नहीं है एक करेजा तो दे अंदर ही होंगे ठीक है जी। L'attraversamento pedonale è un parte della carreggiata in cui è consentita la fermata ma non fa la sosta dei veicoli. Ok, andate stop te kar sakde fermata stop per thodi der layi break nahi reh sakde, ajeeb hi question bana hai theek hai ji। आ गया जी पेज नंबर 15 सालवा जयंते। सालवा जयंते आप तुम पिछली वीडियो विखाया से की होंगे सवारी को चढ़ाने से उतारण के काम आता है, उस सड़क के विचकार सवारी को उतारण या चढ़ाने के काम आता है। ठीक है जी, करते हैं जी क्विज। पहला क्वेश्चन, सालवा जयंते पोस्टो इन कोरिस्पोंडेंसा दी अट्रावेर्सामेंटी पेदोनारी
serve anche al riparo o alla sosta dei pedoni che attraversano la strada. Corrispondenza matro sambandato di attraversamento pedonali. Ukenda pegi è posto sambandate attraversamenti pedonali da. Serve ceide anche al riparo, riparo da sharana yasra itrana. Tigay, thodi deri break lena yan karlange, thodi deri sharan leni, tigay. Alla sosta rukanli dei pedoni. Pedal chalan wale andre rukan lai thodi der badle asra. Jede che attraversano la strada, jede che sadak cross karde ven. Ok ji, photo dikhana tanu. Ok ji, dekho eh attraversamento pedonale. ठीक है जी, सड़क क्रॉसिंग होगी, इतने सवारी उतर रही है, चढ़ रही है, ठीक है, जी सवारी उतर रही है, उन्हें रोड भी क्रॉस करना है, इतने खड़े रहना को नहीं है ना, तो जी इधर सवारी इधर ए रोड क्रॉस कर रही है, वो इधर आएगी तो इतने थोड़ी देर रुकेगी, आसा लेगी, फिर आसे पास देखेगी गड्डी आए तो नहीं, फिर दूर निकल के इधर आएगी, इन्हू कहते जी सालवा चेंदे, ठीक है जी, तो क्वेश्चन वापस दे, ओके क्वेश्चन में उन्होंने कहते हैं जी क्या चाहिए ਥੋੜ੍ਹੀ ਦੇਰ ਬਦਲੇ ਆਸਰਾ ਲੈਣ ਲਈ ਪੈਦੋਨੀਆ ਦੇ ਅਟਰਾਵਰਸਾ ਕਰਨ ਲਈ ਕਿਉਂਕਿ ਇਹ ਚਾਹੀਦਾ ਜਿਹੜੇ ਸੜਕ ਕ੍ਰੋਸ ਕਰ ਰਹੇ ਉਹਨਾਂ ਨੂੰ ਥੋੜ੍ਹੀ ਦੇਰ ਬਦਲੇ ਆਸਰਾ ਦੇਣ ਦੇ ਵੀ ਕੰਮ ਆਉਂਦਾ ਸਾਲਵਾ ਜੈਨ ਤੇ ਠੀਕ ਹੈ ਜੀ ਅਗਲੇ ਕੁਸ਼ਚਨ ਸਾਲਵਾ ਜੈਨ ਤੇ ਪਚੀ ਤਾਂ ਲਾ ਸਾਲੀ ਤਾਂ ਇਹ ਲਾ ਦੀ ਸੇਜਾ ਦੇ ਪਸੇਜਰੀ ਦਾ ਤਰਾਮ ਪਿਲੋਬਸ ਓ ਆਟੋਬਸ ਜਿਵੇਂ ਕਿ ਉਹਨੇ ਪਿਛਲੀ ਵਾਰੀ ਪਿਛਲੀ ਵਿੱਚ ਕਿਹਾ ਵੀ ਜਿਹੜਾ ਟ੍ਰੈਫਿਕ ਉਹ ਕੰਮ ਆਉਂਦਾ ਸਾਲੀ ਤਾਂ ਦੀ ਚੇਜ਼ ਵਾਲੀ ਪਰ ਇੱਥੇ ਇੱਥੇ ਨੇ ਸਾਲਵਾ ਜੈਨ ਤੇ ਲਿਖਤਾ ਸੋ ਕੁਸ਼ਚਨ ਸਾਰਾ ਬਦਲ ਗਿਆ ਇੱਥੇ ਵੇਰੋ ਹੋ ਗਿਆ ਅਗਰ ਉੱਥੇ ਨਿਜ਼ਲਾ ਦੀ ਟ੍ਰੈਫਿਕ ਉਹ ਲਿਖਿਆ ਹੁੰਦਾ ਜੇ ਕੁਸ਼ਚਨ ਬਦਲ ਜਾਣਾ ਤਾਂ ਇਹਨੇ ਫਾਲਸ ਹੋ ਜਾਣਾ ਸੀ ਠੀਕ ਹੈ ਧਿਆਨ ਰੱਖਣਾ ਇਸ ਗੱਲ ਦਾ ਇਲ ਸਾਲਵਾ ਜੇਨ ਤੇ ਪੋ ਐਸਰੇ ਸੇਨਿਆਲਾਤੋ ਦਾ ਕਲੋਨੀਏ ਲੁਮੀਨੋਜ਼ੇ ਆ ਲੂਚੇ ਜਲਾ ਪੀਸਾ ਕਲੋਨੀਏ ਲੁਮੀਨੋਜ਼ੇ ਹੁੰਦੇ ਨੇ ਵੀ ਜਿਹੜੇ ਆਪਣੇ ਆਪ ਜਿਹੜੇ ਲਾਈਟ ਪੈਂਦੇ ਜਗਦੇ ਨੇ ਠੀਕ ਹੈ ਉਹ ਕਹਿੰਦਾ ਵੀ ਜਿੱਥੇ ਉਹ ਵੀ ਹੋ ਸਕਦੇ ਨੇ ਜਿਹਨਾਂ ਦਾ ਲਾਈਟ ਪੈਂਦੀ ਰਿਫਲੈਕਟ ਹੁੰਦੀ ਹੈ ਉਹਨਾਂ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਆਉਂਦੀ ਹੈ ਲੂਚੇ ਜਲਾ ਪੀਸਾ ਵੀ ਇੱਕ ਪੀਲੀ ਲਾਈਟ ਫਿਕਸ ਵੀ ਹੋ ਸਕਦੀ ਇੱਥੇ ਠੀਕ ਹੈ ਜੀ ਵੇਰੋ Il salvagente serve ad dividere i sensi di marcia in una strada a doppio senso di circolazione. Dividere, divide, lag karna, sensi di marcia, matlab direction, drive vali direction, drive vali disha, una strada a doppio senso di circolazione. Ok, andiamo a ek sadak nu, una strada, ek sadak nu doppio senso di circolazione, do taraf di avajai karda pe. ਸਾਲਵਾਜੈਂਤੇ ਉਹ ਕਹਿੰਦਾ ਜੀ ਇੱਕ ਸੜਕ ਨੂੰ ਡਿਵਾਈਡ ਕਰਦਾ ਦੋਪੀਓ ਸੈਂਸੋ ਦੀ ਚਿਰਕੂਲੇਸ਼ਨ ਵਿੱਚ ਠੀਕ ਹੈ ਜੀ ਪਰ ਇੱਦਾਂ ਨਹੀਂ ਹੈਗਾ ਫਾਲਸੂ ਇਨ ਸਾਲਵਾਜੈਂਤੇ ਸਰ ਵੀ ਇਨਕਲਾਨਾਰੇ ਈ ਵੀਕੋਲੀ ਇਨ ਵਾਰੀ ਡਿਰੈਕਸ਼ਨੀ ਉਹ ਕਹਿੰਦਾ ਪਿਆ ਜੀ ਜਿਵੇਂ ਪਿਛਲੀ ਵਾਰੀ ਆਇਆ ਸੀ ਕੁਸ਼ਚਨ ਵਿੱਚ ਉੱਥੇ ਲਿਖਿਆ ਸੀ ਲੀਜ਼ੁਲਾ ਦੀ ਟ੍ਰੈਫਿਕੋ ਇੱਥੇ ਲਿਖਿਆ ਇਲ ਸਾਲਵਾਜੈਂਤੇ ਠੀਕ ਹੈ ਜੀ ਅਗਰ ਇੱਥੇ ਲੀਜ਼ੁਲਾ ਦੀ ਟ੍ਰੈਫਿਕੋ ਆ ਜਾਂਦਾ ਤਾਂ ਸਾਰਾ ਬਦਲ ਜਾਣਾ ਇਹਨੇ ਫਿਰ ਹੋ ਜਾਣਾ ਸੀ ਇਸ ਵਾਰ ਫਿਰ ਤੋਂ ਸਾਲਵਾਜੈਂਤੇ ਲਿਖਿਆ ਹੋਇਆ ਇਸ ਕਰਕੇ ਹੈ ਫਾਲਸੋ ਇਨ ਸਾਲਵਾਜੈਂਤੇ ਆ ਉਹਨਾਂ ਪਰਕੋਰਸਾ ਪ੍ਰਪੋਜ਼ਤਾ ਅਲ ਪ੍ਰੀਮੋ ਸਿਕੋਰਸੋ ਪ੍ਰੀਮੋ ਸਿਕੋਰਸੋ ਆਪਾਂ ਪਤਾ ਹੀ ਫਸਟ ਏਡ ਸਾਲਵਾਜੈਂਤੇ ਦਾ ਜੇਕਰ ਤੁਸੀਂ ਤੋੜੋਗੇ ਤਾਂ ਮਤਲਬ ਇਹੀ ਬਣੇਗਾ ਸਾਲਵਾ ਮਤਲਬ ਸੇਫ ਜੈਂਤੇ ਇਨਸਾਨ ਠੀਕ ਹੈ ਕਹਿੰਦਾ ਜੀ ਇਨਸਾਨ ਨੂੰ ਬਚਾਉਣ ਲਿਆ ਮਤਲਬ ਉਹਨੇ ਤੋੜ ਕੇ ਦਾ ਅਤੇ ਇਹ ਵਰਡ ਬਣਾਤਾ ਗਿਆ ਲੈਨ ਬਣਾਤੀ ਉਹਦੀ ਆਪਣੇ ਵੱਲੋਂ ਇਨ ਸਾਲਵਾਜੈਂਤੇ ਹੈ ਉਹਨੀ ਤੀਨ ਨਾਰੀਓ ਚਿਕਲੋਪੇ ਦੋ ਨਾਲੇ ਇਤਲੇ ਨਾਰੀਓ ਹੁੰਦਾ ਹੈ ਜੀ ਪਟੜੀ ਰਸਤਾ ਟਰੈਕ ਜੋ ਕਹਿਣਾ ਕਹਿ ਲਓ ਇਹਨੂੰ ਠੀਕ ਹੈ ਅਤੇ ਸਾਈਕਲਾਂ ਬਦਲੇ ਕਹਿੰਦਾ ਵੀ ਸਾਈਕਲਾਂ ਵਾਲੇ ਬਦਲੇ ਇੱਕ ਰਾਹ ਹੈ ਸਾਲਵਾ ਜੈਨਤੇ ਇੱਦਾਂ ਨਹੀਂ ਹੈਗਾ ਫਾਲਸੋਆ ਵਧਦੇ ਹਾਂ 16ਵੇਂ ਪੇਜ 'ਤੇ ਓਕੇ ਜੀ ਪਹੁੰਚ ਗਏ ਹਾਂ 16ਵੇਂ ਪੇਜ 'ਤੇ ਲਾਰੀਆ ਪੈਦੋਨਾਲੇ ਨੇਲੇ ਆਰੀਏ ਪੈਦੋਨਾਲੇ ਪੋਸਨੋ ਟ੍ਰਾਂਜ਼ਿਟਾਰੀ ਈ ਵੀਕੋਲੀ ਆ ਦਮਿਸਿਓਨ ਜ਼ੀਰੋ ਸੇ ਐਕਸਪ੍ਰੈਸਾਮੈਂਟੇ ਕੰਸਟੀਟੋ ਠੀਕ ਹੈ ਜੀ ਇਹ ਪਹਿਲਾ ਕੁਇਜ਼ ਹੈ ਆਪਣਾ ਫੋਟੋ ਦੇਖ ਲੈਂਦੇ ਹਾਂ ਇੱਕ ਵਾਰ ਠੀਕ ਹੈ ਜੀ ਇਹ ਆਪਣਾ ਆਰੀਆ ਪੈਦੋਨਾਲੇ ਦਾ ਸਾਈਨ ਬੋਰਡ ਜਿੱਥੇ ਮਿਲੇਗਾ ਉੱਥੇ ਆਰੀਆ ਪੈਦੋਨਾਲੇ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਜਿਹਦੇ 'ਤੇ ਕਾਂਟਾ ਵੱਜਿਆ ਹੋਏਗਾ ਤਾਂ ਮਤਲਬ ਹੈ ਬੰਦ ਖਤਮ ਹੋ ਚੁੱਕਾ ਹੈ ਠੀਕ ਹੈ ਜੀ ਓਕੇ ਜੀ ਉਹ ਕਹਿੰਦਾ ਪਿਆ ਵੀ ਨੇਲੇ ਆਰੀਏ ਪੈਦੋਨਾਲੀ ਵੀ ਦੇ ਪੈਦੋਨਾਲੀ ਏਰੀਆ ਵਿੱਚ ਪੋਸਨ ਟ੍ਰਾਂਜ਼ਿਟ ਆ ਰਹੇ ਮਤਲਬ ਵੀ ਜਾ ਸਕਦੇ ਨੇ ਈ ਵੀ ਕੋਲੀ ਗੱਡੀਆਂ ਇਮਿਸਿਓਨ ਜ਼ੀਰੋ ਮਤਲਬ ਪ੍ਰਦੂਸ਼ਣ ਰਹਿਤ ਸੇ ਐਕਸਪ੍ਰੈਸਾਮੈਂਟੇ ਕੰਸਟੀਟੂਟ ਮਤਲਬ ਜੇ ਉਹਨਾਂ ਲਈ ਲਿਖਿਆ ਗਿਆ ਸਪੈਸ਼ਲ ਵੀ ਹਾਂ ਤੁਸੀਂ ਜਾ ਸਕਦੇ ਤੁਹਾਨੂੰ ਵੀ ਜਾ ਸਕਦੇ ਤਾਂ ਉਹ ਜਾ ਸਕਦੇ ਹਨ ਨੇਲੇ ਆਰੀਏ ਪੈਦੋਨਾਲੀ ਪੋਸਨ ਟ੍ਰਾਂਜ਼ਿਟ ਆ ਰਹੇ ਪੈਦੋਨੀ ਪੋਸਨ ਟ੍ਰਾਂਜ਼ਿਟ ਆ ਰਹੀ ਪੈਦੋਨੀ ਮਤਲਬ ਪੈਦਲ ਬੰਦਾ ਜਾ ਸਕਦਾ ਹੈ ਪੋਸਨ ਟ੍ਰਾਂਜ਼ਿਟ ਆ ਰਹੀ ਵਿਚ ਲੈਤੇ ਮਤਲਬ ਵੀ ਸਾਈਕਲ ਵਾਲੇ ਬੰਦੇ ਵੀ ਜਾ ਸਕਦੇ ਨੇ ਨੇਲੇ ਆਰੀਏ ਪੈਦੋਨਾਲੀ ਪੋਸਨ ਟ੍ਰਾਂਜ਼ਿਟ ਆ ਰਹੀ ਵੀਕੋਲੀ ਅਲ ਸਰਵਿਸਿਓ ਪਰਸੋਨੇ ਡਿਵਰਸਾਮੈਂਟੇ ਡਿਸਾਬਲੀ ਡਿਵਰਸਾਮੈਂਟੇ ਡਿਸਾਬਲੀ ਮਤਲਬ ਫਿਜ਼ੀਕਲੀ ਡਿਸੇਬਲ ਬੰਦਾ ਜਿਹਨੂੰ ਕਹਾਂਗੇ ਆਪਾਂ ਆਪਾਈ ਮਤਲਬ ਕਿ ਉਹ ਬੰਦੇ ਇੱਥੇ ਜਾ ਸਕਦੇ ਨੇ ਮਤਲਬ ਕਿ ਉਹ ਬੰਦਿਆਂ ਦੀ ਗੱਡੀਆਂ ਇੱਥੇ ਜਾ ਸਕਦੀਆਂ ਨੇ ਤੁਹਾਨੂੰ ਪਤਾ ਹੀ ਹੋਣਾ ਕਿ ਡਿਸੇਬਲ ਬੰਦੇ ਦੀ ਇੱਕ ਸਪੈਸ਼ਲ ਗੱਡੀ ਹੁੰਦੀ ਹੈ ਇਸ ਕਰਕੇ ਉਹ ਗੱਡੀਆਂ ਇੱਧਰ ਜਾ ਸਕਦੀਆਂ ਨੇ ਨੇਲੇ ਆਰੀਏ ਪੈਦੋਨਾਲੀ ਪੋਸਨੋ ਟ੍ਰਾਂਜ਼ਿਟਾ ਰਹੀ ਵੀ ਕੋਲੀ ਦਾ ਲਾ ਪੋਲੀਸੀਆ ਕੋਨ ਸਿਰੇਨਾ ਇਹ ਲੂਚੇ ਲੰਪੇ ਜਾਣ ਤੇ ਬਲੂ ਇਨ ਫੁਨਸੀਓਨੇ ਵੀ ਕੋਲੀ ਦਾ ਲਾ ਪੋਲੀਸੀਆ ਮਤਲਬ ਪੁਲਿਸ ਵਾਲੀ ਗੱਡੀਆਂ ਕੋਨ ਸਿਰੇਨਾ ਮਤਲਬ ਸਾਇਰਨ ਨਾਲ ਲੂਚੇ ਲੰਪੇ ਜਾਣ ਤੇ ਮਤਲਬ ਲੈਟ ਜਿਹੜੀ ਜਗਦੀ ਬੁਝਦੀ ਪਈ ਹੈ ਬਲੂ ਹੋਣਾ ਚਾਹੀਦਾ
ਮਤਲਬ ਇੱਕ ਜਿਹੜੀ ਗੱਡੀ, ਪੁਲਿਸ ਵਾਲੀ ਜਿਹੜੀ ਗੱਡੀ ਉੱਤੇ ਸਾਇਰਨ ਜਾਂ ਲਾਈਟ ਬਲੂ ਰੰਗ ਦੀ ਲੱਗੀ ਹੋਈ ਹੈ, ਚੱਲਦੀ ਪਈ ਹੈ, ਤਾਂ ਉਹ ਗੱਡੀ ਜਾ ਸਕਦੀ ਹੈ। ਨਲਿਆਰੀ ਐਫ ਏ ਦੋਨੇ ਉਸ ਨੂੰ ਤਰਾਂ ਤਾਰੇ ਯੋ ਤੋ ਵੀਕੁਲੀ ਦੇ ਵਿਜਲੀ ਦੈਲ ਫੋਕੋ ਕੋਨ ਲੂਚੇ ਲੰਪੇ ਜਾਂਦੇ ਬਲੂ ਇਹ ਸਿਰੇਨਾ ਇਨ ਫੁਨਸੀਓਨੇ। ਸੇਮ ਆ ਜੀ, ਅੱਗ ਵਾਲੀ ਗੱਡੀਆਂ, ਅੱਗ ਬੁਝਾਉਣ ਵਾਲੀ ਗੱਡੀਆਂ ਜਿਹੜੀਆਂ ਹੁੰਦੀਆਂ, ਉਹ ਤੋਂ ਵੀਕਲੀ ਜਿਹੜੀ ਬਿਜਲੀ ਦਿਲ ਫੋਕੋ, ਫੋਕੋ ਦਾ ਅੱਗ, ਅੱਗ ਵਾਲੀ ਗੱਡੀਆਂ ਜਿਹੜੀਆਂ ਹੁੰਦੀਆਂ ਨੇ, ਠੀਕ ਹੈ ਜੀ। ਲਾਈਟ ਜਗਦੀ ਹੋਣੀ ਚਾਹੀਦੀ ਉਹਨਾਂ ਦੀ ਬਲੂ ਰੰਗ ਦੀ, ਅਤੇ ਸਾਇਰਨ ਲੱਗਾ ਹੋਣਾ ਚਾਹੀਦਾ ਉਹਨਾਂ 'ਤੇ। ਮੈਂ ਲਿਆ ਰਹੀ ਪੇ ਦੋਨਾਂ ਰਿਪੋਸ ਨੂੰ ਤੁਰੰਤ ਤਾਰੇ ਤੁੱਤੀ ਈ ਮੋਤੋ ਚਿਕਲੀ ਪੁਰਖੇ ਦਿਆਨੋ ਲਾ ਪ੍ਰੈਚੀਡੈਂਸਾ ਪੇ ਦੋਨੀ। ਮੋਟਰਸਾਈਕਲ ਵਾਲੇ ਅੰਦਰ ਜਾ ਸਕਦੇ ਨੇ, ਪੁਰਖੇ ਦਿਆਨੋ ਲਾ ਪ੍ਰੈਚੀਡੈਂਸਾ ਈ ਪੇ ਦੋਨੀ, ਵੀ ਮਤਲਬ ਕਿ ਸ਼ਰਤ ਹੈ ਕਿ ਵੀ ਉਹਨਾਂ ਨੂੰ ਪ੍ਰੈਚੀਡੈਂਸਾ ਦੇਣਾ ਪੈਣਾ ਪੈਦਲ ਵਾਲਿਆਂ ਨੂੰ, ਪਰ ਇੱਦਾਂ ਨਹੀਂ ਹੈਗਾ। ਇੱਥੇ ਸਿਰਫ ਪੈਦਲ ਜਾਣ ਵਾਲੇ ਨੂੰ ਇਜਾਜ਼ਤ ਹੈ, ਇੱਥੇ ਕੋਈ ਹੋਰ ਨਹੀਂ ਜਾ ਸਕਦਾ। ਇਹ ਹੀ ਯਾਤਰਾ ਸਿਟੀ ਸੈਂਟਰ ਵਿੱਚ ਹੀ ਹੁੰਦਾ ਜਾਂ ਪਿੰਡਾਂ ਵਿੱਚ ਹੁੰਦਾ, ਸੈਂਟਰ ਵਿੱਚ, ਚੇਂਤਰ ਵਿੱਚ, ਮਤਲਬ ਕਿ ਟ੍ਰੈਫਿਕ ਨੂੰ ਘੱਟ ਕਰਨ ਲਈ, ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਤੁਸੀਂ ਪੈਦਲ ਨਹੀਂ ਜਾ ਸਕਦੇ। ਨਲਿਆਰੀ ਪੇ ਦੋਨਾਂ ਵਾਲੀ ਪੁਲਿਸ ਨੂੰ ਤੁਰੰਤ ਤਾਰੇ ਇਹ ਤਰ੍ਹਾਂ ਤੋਰੀ ਸਤਰਾਦਾ ਵਾਲੀ ਕੋਲ ਮਿਲੋ ਜਿੱਦਾਂ ਨੋਨ ਸੁਪਰੀਅਰ ਦੀ 33 ਕਿਲੋਮੀਟਰ। ਕਹਿੰਦਾ 30 ਕਿਲੋਮੀਟਰ ਤੋਂ ਜ਼ਿਆਦਾ ਸਪੀਡ ਨਾ ਹੋਵੇ ਅਤੇ ਟਰੈਕਟਰ ਜਿਹੜੇ ਨੇ ਤਰ੍ਹਾਂ ਤੋਰੀ ਟਰੈਕਟਰ ਸਤਰਾਦਾ ਵਾਲੀ ਸੜਕ ਵਾਲੇ ਟਰੈਕਟਰ ਉਹ ਜਾ ਸਕਦੇ ਨੇ, ਨੋਨ ਸੁਪਰੀਅਰ ਹੈ, ਜ਼ਿਆਦਾ ਨਹੀਂ 33 ਕਿਲੋਮੀਟਰ, ਵੀ 30 ਕਿਲੋਮੀਟਰ ਦੀ ਸਪੀਡ ਜ਼ਿਆਦਾ ਨਾ ਹੋਵੇ ਉਹਨਾਂ ਦੀ ਤਾਂ ਉਹ ਜਾ ਸਕਦੇ ਨੇ, ਪਰ ਐਸਾ ਨਹੀਂ ਹੈਗਾ। ਅਰੀਏ ਪੇ ਦੋਨਾਂ ਵਾਲੇ ਵਿੱਚ ਕੋਈ ਵੀ ਨਹੀਂ ਜਾ ਸਕਦਾ। ਨਲਿਆਰੀਏ ਪੇ ਦੋਨਾਂ ਵਾਲੀ ਚਿਕਲੋ ਮੋਤੋਰੀ ਪੁਲਿਸ ਨੂੰ ਤੁਰੰਤ ਤਾਰੇ ਸੋਲੋ ਦੀ ਜ਼ੋਰ ਨੂੰ, ਸੋਲੋ ਦੀ ਜ਼ੋਰ ਨੂੰ ਸਿਰਫ ਦਿਨ 'ਚ, ਠੀਕ ਹੈ। ਚਿਕਲੋ ਮੋਤੋਰੀ ਹੋਈ ਮੋਤੋਰੀਨਾ, ਮੋਤੋਰੀਨਾ ਵਾਲੇ ਜਾ ਸਕਦੇ ਨੇ ਸਿਰਫ ਦਿਨ ਵਿੱਚ। ਓਕੇ ਜੀ, ਨਲਿਆਰੀ ਅੱਪੇ ਦੋਨਾਂ ਵਾਲੀ ਪੁਲਿਸ ਨੂੰ ਤੁਰੰਤ ਤਾਰੇ ਤੁੱਤੀ ਈ ਓਤੋ ਵੀਕੋਲੀ ਮਕੋਨ ਪ੍ਰੋਦੈਂਸਾ, ਪ੍ਰੋਦੈਂਸਾ ਲਿਖ ਲਓ ਜੀ, ਇਹ ਹੁੰਦਾ ਸਾਵਧਾਨੀ। ਕਹਿੰਦਾ ਜੀ ਅਗਰ ਸਾਵਧਾਨੀ ਨਾਲ ਜਾਣਗੇ ਤਾਂ ਹਰ ਤਰ੍ਹਾਂ ਦੀ ਗੱਡੀਆਂ ਇੱਥੇ ਜਾ ਸਕਦੀਆਂ, ਪਰ ਇੱਦਾਂ ਨਹੀਂ ਹੈਗਾ, ਕਿਸੇ ਤਰ੍ਹਾਂ ਦੀ ਕੋਈ ਵੀ ਗੱਡੀ ਨਹੀਂ ਜਾ ਸਕਦੀ ਕਿਉਂਕਿ ਉਹ ਵਾਰੀ ਅੱਪੇ ਦੋਨਾਂ ਵਾਲੇ ਆ। ਨਲਿਆਰੀ ਅੱਪੇ ਦੋਨਾਂ ਵਾਲੀ ਪੁਲਿਸ ਨੂੰ ਤੁਰੰਤ ਤਾਰੇ ਇੱਕ ਵਾਰ ਚੀਕਲੀ ਆ ਮੋਤੋਰੇ ਪੁਰਕੇ ਨੋਨ ਸੁਪਰੀਨੋ ਲਾ ਵੇਲੋਚਿਤਾ ਦੀ ਚਿੰਕਵਾਂਤਾ। ਉਹ ਕਹਿੰਦਾ ਵੀ ਜੀ 50 ਕਿਲੋਮੀਟਰ ਸਪੀਡ ਤੋਂ ਅਗਰ ਵੱਧ ਨਾ ਹੋਣ ਤਾਂ ਜਿਹੜੇ ਕੁਆਦਰੋ ਚਿਕਲੀ ਨੇ ਉਹ ਜਾ ਸਕਦੇ ਨੇ, ਕੋਈ ਨਹੀਂ ਜਾ ਸਕਦਾ, ਬਸ ਇਹ ਗੱਲ ਇੱਥੇ ਖਤਮ ਆ। ਜਿੱਦਾਂ ਵੀ ਆਪੇ ਸਮਝ ਲਓ, ਮਤਲਬ ਸਿਰਫ ਜਾ ਸਕਦੇ, ਸਿਰਫ ਪੈਦਲ ਜਾ ਸਕਦੇ, ਹੋਰ ਕੋਈ ਨਹੀਂ ਜਾ ਸਕਦਾ, ਪੈਦਲ ਜਾਂ ਪਿਛਕਲੇਤਾ ਵਾਲੇ ਹੋਰ ਕੋਈ ਨਹੀਂ ਜਾ ਸਕਦਾ। ਜਾਂ ਐਮਰਜੈਂਸੀ ਕੇਸ ਵਿੱਚ ਸਿਰਫ ਅੱਗ ਬੁਝਾਉਣ ਵਾਲੀ ਗੱਡੀਆਂ, ਪੁਲਿਸ ਵਾਲੀ ਗੱਡੀ ਜਾ ਸਕਦੀ, ਹੋਰ ਕੋਈ ਨਹੀਂ ਜਾ ਸਕਦਾ, ਠੀਕ ਹੈ ਜੀ। ਐਸੀ ਗਾ ਜੀ ਆਪਣਾ 16ਵਾਂ ਪੇਜ, ਅੱਗੇ ਵਧਾਂਗੇ 97ਵੇਂ ਵੱਲ। ਓਕੇ ਜੀ, ਐਸੀ ਗਾ ਜੀ ਅੱਜ ਦੀ ਵੀਡੀਓ ਦਾ ਅੰਤ। ਮੇਰੇ ਵਾਅਦੇ ਮੁਤਾਬਿਕ ਅੱਜ ਦਾ ਕੁਐਸਚਨ ਤਿਆਰ, ਸੋ ਇਹ ਕੁਐਸਚਨ ਹੈ ਜੀ, ਲਾ ਕੋਰਸੀਆ ਦੀ ਚਲਰ ਰਾਸਿਓਨੇ ਅਚਿਲੀ ਤਾਰ ਇੰਗਰੈਸੋ ਦੇ ਵੀ ਕੋਲੀ ਇਨ ਆਟੋਸਟਰਾਦਾ ਉਹ ਸੂਸਤਰਾ ਦੇ ਐਕਸਟਰਬਾਨੇ ਪ੍ਰਿੰਸੀਪਾਲੇ। ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜੇ ਆਟੋਸਟਰਾਦਾ ਜਾਂ ਸਤਰਾ ਦੇ ਐਕਸਟਰਬਾਨੇ ਪ੍ਰਿੰਸੀਪਾਲੇ ਨੇ, ਉਹਨਾਂ 'ਤੇ ਆਸਾਨੀ ਨਾਲ ਇੰਗਰੈਸੋ ਕੀਤਾ ਜਾ ਸਕਦਾ ਹੈ ਕੋਰਸੀਆ ਦੀ ਚਲਰ ਰਾਸਿਓਨੇ ਨਾਲ। ਧਿਆਨ ਨਾਲ ਪੜ੍ਹਨਾ, ਧਿਆਨ ਨਾਲ ਸੁਣਨਾ, ਧਿਆਨ ਨਾਲ ਦੇਖ ਕੇ ਇਹਦਾ ਜਵਾਬ ਦੇਣਾ। ਅਤੇ ਪਲੀਜ਼ ਐਸੀ ਵੀਡੀਓ ਦੇ ਨੀਚੇ ਕਮੈਂਟ ਕਰਨਾ ਜੋ ਵੀ ਤੁਹਾਡਾ ਵੇਰੋ ਆ, ਫਾਲਸੋ ਆ, ਜਿੱਦਾਂ ਵੀ ਆ ਤੁਹਾਨੂੰ ਸਹੀ ਲੱਗਦਾ। ਸੰਗਣਾ ਬਿਲਕੁਲ ਨਹੀਂ ਜਵਾਬ ਦੇਣਾ, ਗਲਤ ਵੀ ਹੋ ਤਾਂ ਵੀ ਕੋਈ ਚੱਕਰ ਨਹੀਂ, ਅਗਰ ਗਲਤੀ ਕਰੋਗੇ ਤਾਂ ਸਿੱਖੋਗੇ, 6 ਬੰਦਾ ਗਲਤੀ ਨਹੀਂ ਕਰੇਗਾ ਤਾਂ ਕਦੀ ਸਿੱਖ ਨਹੀਂ ਸਕਦਾ। ਸੋ ਪਲੀਜ਼ ਰਿਵੀਜ਼ਨ ਕਰਨਾ, ਵੀਡੀਓ ਨੂੰ ਦੁਬਾਰਾ ਦੁਬਾਰਾ ਤੋਂ ਦੇਖਣਾ, ਰਿਵਾਇੰਡ ਕਰਕੇ ਦੇਖਣਾ, ਅੱਗੇ ਕਰਕੇ ਦੇਖਣਾ, ਪਿੱਛੇ ਕਰਕੇ ਦੇਖਣਾ, ਅਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ, ਤਾਂ ਜੋ ਤੁਹਾਡੇ ਕੋਲ ਕੋਈ ਗੱਲ ਵਾਂਝੀ ਨਾ ਰਹਿ ਜਾਵੇ, ਕੋਈ ਗੱਲ ਮਿਸ ਨਾ ਹੋ ਜਾਵੇ, ਠੀਕ ਹੈ ਜੀ। ਧਿਆਨ ਰੱਖਣਾ ਆਪਣਾ, ਰੱਬ ਰੱਖਾ।